ਪੰਜਾਬ ਵਿੱਚ ਰੋਜ਼ਾਨਾ ਲੁੱਟ ਦੀਆਂ ਹੋ ਰਹੀਆਂ ਵਾਰਦਾਤਾਂ ਦੇ ਚਲਦਿਆਂ ਨਾਭਾ ਸ਼ਹਿਰ ਦੇ ਰੋਟੀ ਪੁਲ ਤੇ ਸਥਿਤ ਸ਼ਰਾਬ ਦੇ ਠੇਕੇ ਨੂੰ ਚਾਰ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਤੇ ਲੁੱਟ ਦੀ ਵਾਰਦਾਤ ਦੇ ਨਾਲ ਨਾਲ ਤਿੰਨ ਵਿਅਕਤੀਆਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਫੱਟੜ ਕਰ ਫਰਾਰ ਹੋ ਗਏ। ਨੌਕਰਾਂ ਨੇ ਦੱਸਿਆ ਕਿ ਠੇਕੇ ਦੇ ਮਾਲਕ ਪਟਿਆਲਾ ਵਿਖੇ ਇਲਾਜ ਲਈ ਨਾਭਾ ਤੋਂ ਰੈਫਰ ਕੀਤੇ ਗਏ ਨੇ ਤੇ ਕਾਬੂ ਕੀਤਾ ਇੱਕ ਲੁਟੇਰਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਉੱਥੇ ਉਸਨੇ ਇਹ ਵੀ ਦੱਸਿਆ ਕਿ ਲੁਟੇਰੇ 5 ਲੱਖ ਕੈਸ਼ ਲੁੱਟ ਕੇ ਫਰਾਰ ਹੋ ਗਏ। रात एक सेटर गिर दिए थे, ठीक है ना, दूसरा सेटर गिरने जा रहे थे, वो आके मेरे को जफा पे गया। कौन बंदा? चार था, गड्डी से आया था जी, उसके बाद मेरे को बाहर छीट लिया था। बाबू अंदर था, बाबू बाहर निकला था, बाबू ने भी कृपान था कि पता नहीं चाकू चुकू था वो मारता। असी ने जब तक सेटर छीटा तब तक अंदर भर गया। अंदर भरने के बाद जरा गले से पैसे था वो ले गया, बाबू कैश ले गया था वो भी खोख ले गया जी। ਬਾਕੀ ਦੋ ਤਿੰਨ ਬਾਬੂ ਸੀਗਾ ਉਹਨਾਂ ਨੂੰ ਕਰਦ ਕੁਰਦ ਮਾਰ ਕੇ ਜ਼ਖਮ ਜ਼ਿਆਦਾ ਕਰਤਾ। ਪੈਸੇ 5 ਲੱਖ ਕਰੀ ਮੈਂ ਸੀਗਾ। ਹਾਂਜੀ ਹਾਂ, ਗਾੜੀ ਸੀਗਾ, ਅਲਟੋ ਗਾਡੀ ਸੀਗਾ ਜੀ, ਚਾਰ ਬੰਦਾ ਥਾ, ਇੱਕ ਬੰਦੇ ਪਕੜਾ ਗਿਆ ਬਾਕੀ ਭੱਗ ਗਿਆ। ਜ਼ਿਆਦਾ ਖਾਸੇ ਜ਼ਿਆਦਾ ਆ ਸਰ। ਹਾਂਜੀ ਹਾਂ, ਪਟਿਆਲੇ ਹਸਪਿਟਲ ਮੈਂ ਦਾਖਲ ਹੈ ਸਰ। अब बाबू जी ने कहेंगे जो मांग करेंगे वही करेंगे ना, हम तो नौकर हैं। मैं इतने ड्राइवर हाँ जी, बहुत माड़ा काम करके गए ने जी बंदे, तीन चार सी। हाँ जी, ये रात 9:30 दी है, पौने 11 दी मेरे हिसाब से। बहुत माड़ा करके ने वो, वह गलत तो है, बे इंसाफ दो बस उन्होंने। हाँ, ਨਜ਼ਦੀਕ ਹੈ ਜਿਵੇਂ ਪੁਲਿਸ ਫਿਰਦੀ ਰਹਿੰਦੀ ਹੈ ਹਰ ਟਾਈਮ, ਬਈ ਸਾਨੂੰ ਬੰਦਿਆਂ ਨੂੰ ਇਨਸਾਫ ਮਿਲਣਾ ਚਾਹੀਦਾ। ਬਸ ਹੈਗਾ 5 ਲੱਖ ਰੁਪਇਆ ਸਾਡੇ ਕੋਲ। ਹਾਂ, ਕੈਸ਼ ਹੁੰਦੀ ਹੈ ਨਾ, ਪੂਰੀ ਰਾਤ ਨੂੰ ਇਕੱਠੀ ਕਰਕੇ ਲਿਆਉਂਦੇ ਨੇ ਇਹ। ਹਾਂ, ਇੱਕ ਬੰਦਾ ਫੜਿਆ ਇਹਨਾਂ ਨੇ। ਇਸ ਸੰਬੰਧੀ ਪੁਲਿਸ ਚੌਂਕੀ ਰੋਟੀ ਪੁਲ ਦੇ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਇਹ ਰਾਤ ਦੀ ਘਟਨਾ ਹੈ ਜਿਸ ਦੀ ਤਫਤੀਸ਼ ਕੀਤੀ ਜਾ ਰਹੀ ਹੈ, ਪਰ ਉਹਨਾਂ ਕੋਲ ਅਜੇ ਤੱਕ ਕੋਈ ਠੇਕੇਦਾਰਾਂ ਵੱਲੋਂ ਲੁੱਟ ਦੀ ਵਾਰਦਾਤ ਸੰਬੰਧੀ ਜਾਣਕਾਰੀ ਨਹੀਂ ਦਿੱਤੀ ਗਈ। ਉਹਨਾਂ ਨੂੰ ਸਿਰਫ ਹਮਲਾ ਕਰਨ ਦੀ ਹੀ ਖਬਰ ਮਿਲੀ ਹੈ। ਤੁਸੀਂ ਵੀ ਸੁਣੋ ਰਾਤ ਮੈਂ ਪੁੱਛਿਆ ਸੀ, ਉਦੋਂ ਕਹਿੰਦੇ ਕੋਈ ਗੱਲਬਾਤ ਨਹੀਂ, ਵੀ ਕੁੱਟਮਾਰ ਕੀਤੀ ਹੈ, ਕਿਰਚਾ ਮਾਰੀ ਹੈ ਬੰਦਿਆਂ ਨੇ।